दर्दनाक सड़क हादसा वापरिया। तस्वीरों के बीच तुसी देख रहे हो एक टिप्पर जिहड़ा है डिवाइडर के उत्ते चढ़िया होया। जदों ये सारी स्टोरी आपां तुहानूं दस्सांगे कि किवें हादसा वापरिया, एक टिप्पर जिहड़ा पिछों आ रहा सी ते एक टिप्पर होर रोंग साइड तो बैक हो रहा सी ते उधरों जिहड़ा परिवार कार तुसी देख रहे हो इनोवा गड्डी देख रहे हो, इस गड्डी के बीच तीन परिवार बैठे सन ते जदों इस कार नूं बचाउण दे चक्कर दे विच पिछों आ रहा भरिया होया रेते दा टिप्पर जिहड़ा उसने इसनूं बचाउंदे होए बिल्कुल अपना टिप्पर जिहड़ा है डिवाइडर ते चढ़ा दिता, जिस नाल एक बहुत वड्डा हादसा हुण टल गया। तो बाकी की जानकारी साडे नाल कार सवार जिहड़ा बिल्कुल साडे सामने दिखाई दे रहा ये की दसदे ने इस हादसे बारे आओ सुणदे हां। ਵੀਰ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਤੁਸੀਂ? ਅਮਰਾਲੀ ਤੋਂ। ਅਮਰਾਲੀ ਤੋਂ ਜਾ ਕਿੱਥੇ ਰਹੇ ਸੀ ਹੁਣ? ਸ਼੍ਰੀ ਆਨੰਦਪੁਰ ਸਾਹਿਬ। ਇਹ ਫਿਰ ਹਾਦਸਾ ਕਿਵੇਂ ਵਾਪਰਿਆ? ਹਾਦਸਾ ਵੀਰੇ ਅਸੀਂ ਇੱਧਰੋਂ ਆ ਰਹੇ ਸੀਗੇ ਅਤੇ ਰੋਂਗ ਸਾਈਡ ਤੋਂ ਆਹ ਗੱਡੀ ਵਾਲਾ ਗੱਡੀ ਬੈਕ ਲਾ ਰਿਹਾ ਸੀਗਾ, ਮੈਂ ਹੋਰ ਮਾਰਿਆ ਨੇ ਗੱਡੀ ਰੋਕ ਲਈ ਵੀਰੇ, ਜਦੋਂ ਮੈਂ ਬਰਾਬਰ ਚੜ੍ਹਿਆ ਆ ਕੇ ਇਹਨੇ ਗੱਡੀ ਦਾ ਮੂਹਰਾ ਗੇਅਰ ਲਾਤਾ ਪਹਿਲਾ ਗੇਅਰ। ਦੂਜਾ ਡਰਾਈਵਰ ਵੀ ਆ ਬੈਠਾ ਨਾਲ ਲੇਡੀ, ਹਾਂ ਡਰਾਈਵਰ ਬੈਠਾ ਅਤੇ ਲਾ ਕੇ ਗੇਅਰ ਸਾਡੇ ਉੱਤੇ ਵੀ ਟਿੱਪਰ ਪਿੱਛੋਂ ਟਿੱਪਰ ਆਉਂਦਾ ਸੀਗਾ, ਟਿੱਪਰਾ ਚੜ੍ਹਿਆ ਕਿਉਂਕਿ ਹਾਲਾਤੀ ਤੌਰ 'ਤੇ ਨਸ਼ਾ ਹੀ ਲੱਗਦਾ। ਬਿਲਾਸਪੁਰ ਤੋਂ ਆ ਰਿਹਾ, ਮੈਂ ਜ਼ਿੰਦਗੀ 'ਚ ਕੋਈ ਨਸ਼ਾ ਨਹੀਂ ਕੀਤਾ ਕਦੇ, ਮੈਂ ਗੱਡੀ ਇੱਥੇ ਮੋੜ ਰਿਹਾ ਸੀ, ਗਲਤੀ ਮੇਰੀ ਹੈ ਮੈਂ ਮੰਨਦਾ ਕਿਉਂਕਿ ਮੈਂ ਗਲਤ ਜਗ੍ਹਾ 'ਤੇ ਗੱਡੀ ਮੋੜ ਰਿਹਾ। ਅੱਜ ਸਵੇਰੇ ਚੰਡੀਗੜ੍ਹ ਤੋਂ ਰੋਪੜ ਮਾਰਗ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਟਿੱਪਰ ਜਿਹੜਾ ਹੈ ਡਿਵਾਈਡਰ ਦੇ ਉੱਤੇ ਚੜ੍ਹਿਆ ਹੋਇਆ। ਜਦੋਂ ਇਹ ਸਾਰੀ ਸਟੋਰੀ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਹਾਦਸਾ ਵਾਪਰਿਆ, ਇੱਕ ਟਿੱਪਰ ਜਿਹੜਾ ਪਿੱਛੋਂ ਆ ਰਿਹਾ ਸੀ ਅਤੇ ਇੱਕ ਟਿੱਪਰ ਹੋਰ ਰੋਂਗ ਸਾਈਡ ਤੋਂ ਬੈਕ ਹੋ ਰਿਹਾ ਸੀ ਅਤੇ ਉੱਧਰੋਂ ਜਿਹੜਾ ਪਰਿਵਾਰ ਕਾਰ ਤੁਸੀਂ ਦੇਖ ਰਹੇ ਹੋ ਇਨੋਵਾ ਗੱਡੀ ਦੇਖ ਰਹੇ ਹੋ, ਇਸ ਗੱਡੀ ਦੇ ਵਿੱਚ ਤਿੰਨ ਪਰਿਵਾਰ ਬੈਠੇ ਸਨ ਅਤੇ ਜਦੋਂ ਇਸ ਕਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਪਿੱਛੋਂ ਆ ਰਿਹਾ ਭਰਿਆ ਹੋਇਆ ਰੇਤੇ ਦਾ ਟਿੱਪਰ ਜਿਹੜਾ ਉਸਨੇ ਇਸਨੂੰ ਬਚਾਉਂਦੇ ਹੋਏ ਬਿਲਕੁਲ ਆਪਣਾ ਟਿੱਪਰ ਜਿਹੜਾ ਹੈ ਡਿਵਾਈਡਰ 'ਤੇ ਚੜ੍ਹਾ ਦਿੱਤਾ, ਜਿਸ ਨਾਲ ਇੱਕ ਬਹੁਤ ਵੱਡਾ ਹਾਦਸਾ ਹੁਣ ਟਲ ਗਿਆ। ਅਤੇ ਬਾਕੀ ਦੀ ਜਾਣਕਾਰੀ ਸਾਡੇ ਨਾਲ ਕਾਰ ਸਵਾਰ ਜਿਹੜਾ ਬਿਲਕੁਲ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਇਹ ਕੀ ਦੱਸਦੇ ਨੇ ਇਸ ਹਾਦਸੇ ਬਾਰੇ ਉਹ ਸੁਣਦੇ ਹਾਂ। ਵੀਰ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਤੁਸੀਂ? ਅਮਰਾਲੀ ਤੋਂ। ਅਮਰਾਲੀ ਤੋਂ ਜਾ ਕਿੱਥੇ ਰਹੇ ਸੀ ਹੁਣ? ਸ਼੍ਰੀ ਆਨੰਦਪੁਰ ਸਾਹਿਬ। ਇਹ ਫਿਰ ਹਾਦਸਾ ਕਿਵੇਂ ਵਾਪਰਿਆ? ਹਾਦਸਾ ਵੀਰੇ ਅਸੀਂ ਇੱਧਰੋਂ ਆ ਰਹੇ ਸੀਗੇ ਅਤੇ ਰੋਂਗ ਸਾਈਡ ਤੋਂ ਆਹ ਗੱਡੀ ਵਾਲਾ ਗੱਡੀ ਬੈਕ ਲਾ ਰਿਹਾ ਸੀਗਾ, ਮੈਂ ਹੋਰ ਮਾਰਿਆ ਨੇ ਗੱਡੀ ਰੋਕ ਲਈ ਵੀਰੇ, ਜਦੋਂ ਮੈਂ ਬਰਾਬਰ ਚੜ੍ਹਿਆ ਆ ਕੇ ਇਹਨੇ ਗੱਡੀ ਦਾ ਮੂਹਰਾ ਗੇਅਰ ਲਾਤਾ ਪਹਿਲਾ ਗੇਅਰ। ਦੂਜਾ ਡਰਾਈਵਰ ਵੀ ਆ ਬੈਠਾ ਨਾਲ ਲੇਡੀ, ਨਾਲ ਲੇਡੀ, ਹਾਂ ਡਰਾਈਵਰ ਬੈਠਾ ਅਤੇ ਲਾ ਕੇ ਗੇਅਰ ਸਾਡੇ ਉੱਤੇ ਵੀ ਟਿੱਪਰ ਪਿੱਛੋਂ ਟਿੱਪਰ ਆਉਂਦਾ ਸੀਗਾ, ਟਿੱਪਰਾ ਚੜ੍ਹਿਆ ਕਿਉਂਕਿ ਹਾਲਾਤੀ ਤੌਰ 'ਤੇ ਨਸ਼ਾ ਹੀ ਲੱਗਦਾ। ਬਿਲਾਸਪੁਰ ਤੋਂ ਆ ਰਿਹਾ, ਮੈਂ ਜ਼ਿੰਦਗੀ 'ਚ ਕੋਈ ਨਸ਼ਾ ਨਹੀਂ ਕੀਤਾ ਕਦੇ, ਮੈਂ ਗੱਡੀ ਇੱਥੇ ਮੋੜ ਰਿਹਾ ਸੀ, ਗਲਤੀ ਮੇਰੀ ਹੈ ਮੈਂ ਮੰਨਦਾ ਕਿਉਂਕਿ ਮੈਂ ਗਲਤ ਜਗ੍ਹਾ 'ਤੇ ਗੱਡੀ ਮੋੜ ਰਿਹਾ। ਅੱਜ ਸਵੇਰੇ ਚੰਡੀਗੜ੍ਹ ਤੋਂ ਰੋਪੜ ਮਾਰਗ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਟਿੱਪਰ ਜਿਹੜਾ ਹੈ ਡਿਵਾਈਡਰ ਦੇ ਉੱਤੇ ਚੜ੍ਹਿਆ ਹੋਇਆ। ਜਦੋਂ ਇਹ ਸਾਰੀ ਸਟੋਰੀ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਹਾਦਸਾ ਵਾਪਰਿਆ, ਇੱਕ ਟਿੱਪਰ ਜਿਹੜਾ ਪਿੱਛੋਂ ਆ ਰਿਹਾ ਸੀ ਅਤੇ ਇੱਕ ਟਿੱਪਰ ਹੋਰ ਰੋਂਗ ਸਾਈਡ ਤੋਂ ਬੈਕ ਹੋ ਰਿਹਾ ਸੀ ਅਤੇ ਉੱਧਰੋਂ ਜਿਹੜਾ ਪਰਿਵਾਰ ਕਾਰ ਤੁਸੀਂ ਦੇਖ ਰਹੇ ਹੋ ਇਨੋਵਾ ਗੱਡੀ ਦੇਖ ਰਹੇ ਹੋ, ਇਸ ਗੱਡੀ ਦੇ ਵਿੱਚ ਤਿੰਨ ਪਰਿਵਾਰ ਬੈਠੇ ਸਨ ਅਤੇ ਜਦੋਂ ਇਸ ਕਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਪਿੱਛੋਂ ਆ ਰਿਹਾ ਭਰਿਆ ਹੋਇਆ ਰੇਤੇ ਦਾ ਟਿੱਪਰ ਜਿਹੜਾ ਉਸਨੇ ਇਸਨੂੰ ਬਚਾਉਂਦੇ ਹੋਏ ਬਿਲਕੁਲ ਆਪਣਾ ਟਿੱਪਰ ਜਿਹੜਾ ਹੈ ਡਿਵਾਈਡਰ 'ਤੇ ਚੜ੍ਹਾ ਦਿੱਤਾ, ਜਿਸ ਨਾਲ ਇੱਕ ਬਹੁਤ ਵੱਡਾ ਹਾਦਸਾ ਹੁਣ ਟਲ ਗਿਆ। ਅਤੇ ਬਾਕੀ ਦੀ ਜਾਣਕਾਰੀ ਸਾਡੇ ਨਾਲ ਕਾਰ ਸਵਾਰ ਜਿਹੜਾ ਬਿਲਕੁਲ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਇਹ ਕੀ ਦੱਸਦੇ ਨੇ ਇਸ ਹਾਦਸੇ ਬਾਰੇ ਉਹ ਸੁਣ ਲਿਆ। ਵੀਰ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਤੁਸੀਂ? ਅਮਰਾਲੀ ਤੋਂ। ਅਮਰਾਲੀ ਤੋਂ ਜਾ ਕਿੱਥੇ ਰਹੇ ਸੀ ਹੁਣ? ਸ਼੍ਰੀ ਆਨੰਦਪੁਰ ਸਾਹਿਬ। ਇਹ ਫਿਰ ਹਾਦਸਾ ਕਿਵੇਂ ਵਾਪਰਿਆ? ਹਾਦਸਾ ਵੀਰੇ ਅਸੀਂ ਇੱਧਰੋਂ ਆ ਰਹੇ ਸੀਗੇ ਅਤੇ ਰੋਂਗ ਸਾਈਡ ਤੋਂ ਆਹ ਗੱਡੀ ਵਾਲਾ ਗੱਡੀ ਬੈਕ ਲਾ ਰਿਹਾ ਸੀਗਾ, ਮੈਂ ਹੋਰ ਮਾਰਿਆ ਨੇ ਗੱਡੀ ਰੋਕ ਲਈ ਵੀਰੇ, ਜਦੋਂ ਮੈਂ ਬਰਾਬਰ ਚੜ੍ਹਿਆ ਆ ਕੇ ਇਹਨੇ ਗੱਡੀ ਦਾ ਮੂਹਰਾ ਗੇਅਰ ਲਾਤਾ ਪਹਿਲਾ ਗੇਅਰ। ਦੂਜਾ ਡਰਾਈਵਰ ਵੀ ਆ ਬੈਠਾ ਨਾਲ ਲੇਡੀ, ਨਾਲ ਲੇਡੀ, ਹਾਂ ਡਰਾਈਵਰ ਬੈਠਾ ਅਤੇ ਲਾ ਕੇ ਗੇਅਰ ਸਾਡੇ ਉੱਤੇ ਵੀ ਟਿੱਪਰ ਪਿੱਛੋਂ ਟਿੱਪਰ ਆਉਂਦਾ ਸੀਗਾ, ਟਿੱਪਰਾ ਚੜ੍ਹਿਆ ਕਿਉਂਕਿ ਹਾਲਾਤੀ ਤੌਰ 'ਤੇ ਨਸ਼ਾ ਹੀ ਲੱਗਦਾ। ਬਿਲਾਸਪੁਰ ਤੋਂ ਆ ਰਿਹਾ, ਮੈਂ ਜ਼ਿੰਦਗੀ 'ਚ ਕੋਈ ਨਸ਼ਾ ਨਹੀਂ ਕੀਤਾ ਕਦੇ, ਮੈਂ ਗੱਡੀ ਇੱਥੇ ਮੋੜ ਰਿਹਾ ਸੀ, ਗਲਤੀ ਮੇਰੀ ਹੈ ਮੈਂ ਮੰਨਦਾ ਕਿਉਂਕਿ ਮੈਂ ਗਲਤ ਜਗ੍ਹਾ 'ਤੇ ਗੱਡੀ ਮੋੜ ਰਿਹਾ। ਅੱਜ ਸਵੇਰੇ ਚੰਡੀਗੜ੍ਹ ਤੋਂ ਰੋਪੜ ਮਾਰਗ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਟਿੱਪਰ ਜਿਹੜਾ ਹੈ ਡਿਵਾਈਡਰ ਦੇ ਉੱਤੇ ਚੜ੍ਹਿਆ ਹੋਇਆ। ਜਦੋਂ ਇਹ ਸਾਰੀ ਸਟੋਰੀ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਹਾਦਸਾ ਵਾਪਰਿਆ, ਇੱਕ ਟਿੱਪਰ ਜਿਹੜਾ ਪਿੱਛੋਂ ਆ ਰਿਹਾ ਸੀ ਅਤੇ ਇੱਕ ਟਿੱਪਰ ਹੋਰ ਰੋਂਗ ਸਾਈਡ ਤੋਂ ਬੈਕ ਹੋ ਰਿਹਾ ਸੀ ਅਤੇ ਉੱਧਰੋਂ ਜਿਹੜਾ ਪਰਿਵਾਰ ਕਾਰ ਤੁਸੀਂ ਦੇਖ ਰਹੇ ਹੋ ਇਨੋਵਾ ਗੱਡੀ ਦੇਖ ਰਹੇ ਹੋ, ਇਸ ਗੱਡੀ ਦੇ ਵਿੱਚ ਤਿੰਨ ਪਰਿਵਾਰ ਬੈਠੇ ਸਨ ਅਤੇ
ਜਦੋਂ ਇਸ ਕਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਪਿੱਛੋਂ ਆ ਰਿਹਾ ਭਰਿਆ ਹੋਇਆ ਰੇਤੇ ਦਾ ਟਿੱਪਰ ਜਿਹੜਾ ਉਸਨੇ ਇਸ ਨੂੰ ਬਚਾਉਂਦੇ ਹੋਏ ਬਿਲਕੁਲ ਆਪਣਾ ਟਿੱਪਰ ਜਿਹੜਾ ਹੈ ਡਿਵਾਈਡਰ 'ਤੇ ਚੜਾ ਦਿੱਤਾ, ਜਿਸ ਨਾਲ ਇੱਕ ਬਹੁਤ ਵੱਡਾ ਹਾਦਸਾ ਹੁਣ ਟਲ ਗਿਆ ਅਤੇ ਬਾਕੀ ਦੀ ਜਾਣਕਾਰੀ ਸਾਡੇ ਨਾਲ ਕਾਰ ਸਵਾਰ ਜਿਹੜਾ ਬਿਲਕੁਲ ਸਾਡੇ ਸਾਹਮਣੇ ਦਿਖਾਈ ਦੇ ਰਿਹਾ, ਇਹ ਕੀ ਦੱਸਦੇ ਨੇ ਇਸ ਹਾਦਸੇ ਬਾਰੇ, ਉਹ ਸੁਣਦੇ ਹਾਂ। ਵੀਰ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਸੀ? ਮਰਾਲੀ ਤੋਂ। ਮਰਾਲੀ ਤੋਂ ਜਾ ਕੇ ਸਰ ਅਸੀਂ ਹੁਣ ਸ਼੍ਰੀ ਅਨੰਦਪੁਰ ਸਾਹਿਬ। ਇਹ ਫਿਰ ਹਾਦਸਾ ਕਿਵੇਂ ਵਾਪਰ ਰਿਹਾ? ਹਾਦਸਾ ਵੀਰੇ ਅਸੀਂ ਇੱਧਰੋਂ ਆ ਰਹੇ ਸੀਗੇ, ਇਹ ਰੌਂਗ ਸਾਈਡ ਤੋਂ ਆਹ ਗੱਡੀ ਵਾਲਾ ਗੱਡੀ ਬੈਕ ਲਾ ਰਿਹਾ ਸੀਗਾ, ਮੈਂ ਹੋਰਨ ਮਾਰਿਆ ਨੇ ਗੱਡੀ ਰੋਕ ਲਈ ਵੀਰੇ, ਜਦੋਂ ਮੈਂ ਬਰਾਬਰ ਚੜ੍ਹਿਆ ਆ ਕੇ ਇਹਨੇ ਗੱਡੀ ਦਾ ਮੂਹਰਾ ਗੇਅਰ ਲਾਤਾ, ਪਹਿਲਾ ਗੇਅਰ, ਦੂਜਾ ਡਰਾਈਵਰ ਵੀ ਆ ਬੈਠੇ ਨਾਲ ਲੈ ਲਈ, ਨਾਲ ਲੈ ਲਾ, ਹਾਂ ਡਰਾਈਵਰ ਬੈਠਾ ਅਤੇ ਲਾ ਕੇ ਗੇਅਰ ਸਾਡੇ ਉੱਤੇ, ਫਿਰ ਟਿੱਪਰ ਪਿੱਛੋਂ ਟਿੱਪਰ ਆਉਂਦਾ ਸੀਗਾ, ਟਿੱਪਰ ਆ ਚੜ੍ਹਿਆ ਕਿਉਂਕਿ ਹਾਲਾਤੀ ਤੌਰ 'ਤੇ ਨਸ਼ਾ ਹੀ ਲੱਗਦਾ। ਬਿਲਾਸਪੁਰ ਤੋਂ ਆ ਰਿਹਾ, ਮੈਂ ਜ਼ਿੰਦਗੀ 'ਚ ਕੋਈ ਨਸ਼ਾ ਨਹੀਂ ਕੀਤਾ ਕਦੇ, ਮੈਂ ਗੱਡੀ ਇੱਥੇ ਮੋੜ ਰਿਹਾ ਸੀ, ਗਲਤੀ ਮੇਰੀ ਹੈ ਮੈਂ ਮੰਨਦਾ ਕਿਉਂਕਿ ਮੈਂ ਗਲਤ ਜਗ੍ਹਾ 'ਤੇ ਗੱਡੀ ਮੋੜ ਰਿਹਾ। ਅੱਜ ਸਵੇਰੇ ਚੰਡੀਗੜ੍ਹ ਤੋਂ ਰੋਪੜ ਮਾਰਗ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਟਿੱਪਰ ਜਿਹੜਾ ਹੈ ਡਿਵਾਈਡਰ ਦੇ ਉੱਤੇ ਚੜ੍ਹਿਆ ਹੋਇਆ ਹੈ। ਜਦੋਂ ਇਹ ਸਾਰੀ ਸਟੋਰੀ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਹਾਦਸਾ ਵਾਪਰਿਆ, ਇਹ ਟਿੱਪਰ ਜਿਹੜਾ ਪਿੱਛੋਂ ਆ ਰਿਹਾ ਸੀ ਅਤੇ ਇੱਕ ਟਿੱਪਰ ਹੋਰ ਰੌਂਗ ਸਾਈਡ ਤੋਂ ਬੈਕ ਹੋ ਰਿਹਾ ਸੀ ਅਤੇ ਉੱਧਰੋਂ ਜਿਹੜਾ ਪਰਿਵਾਰ, ਇਹ ਕਾਰ ਤੁਸੀਂ ਦੇਖ ਰਹੇ ਹੋ, ਇਨੋਵਾ ਗੱਡੀ ਦੇਖ ਰਹੇ ਹੋ, ਇਸ ਗੱਡੀ ਦੇ ਵਿੱਚ ਤਿੰਨ ਪਰਿਵਾਰ ਬੈਠੇ ਸਨ ਅਤੇ ਜਦੋਂ ਇਸ ਕਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਪਿੱਛੋਂ ਆ ਰਿਹਾ ਭਰਿਆ ਹੋਇਆ ਰੇਤੇ ਦਾ ਟਿੱਪਰ ਜਿਹੜਾ ਉਸਨੇ ਇਸ ਨੂੰ ਬਚਾਉਂਦੇ ਹੋਏ ਬਿਲਕੁਲ ਆਪਣਾ ਟਿੱਪਰ ਜਿਹੜਾ ਹੈ ਡਿਵਾਈਡਰ 'ਤੇ ਚੜਾ ਦਿੱਤਾ, ਜਿਸ ਨਾਲ ਇੱਕ ਬਹੁਤ ਵੱਡਾ ਹਾਦਸਾ ਹੁਣ ਟਲ ਗਿਆ ਅਤੇ ਬਾਕੀ ਦੀ ਜਾਣਕਾਰੀ ਸਾਡੇ ਨਾਲ ਕਾਰ ਸਵਾਰ ਜਿਹੜਾ ਬਿਲਕੁਲ ਸਾਡੇ ਸਾਹਮਣੇ ਦਿਖਾਈ ਦੇ ਰਿਹਾ, ਇਹ ਕੀ ਦੱਸਦੇ ਨੇ ਇਸ ਹਾਦਸੇ ਬਾਰੇ, ਉਹ ਸੁਣਦੇ ਹਾਂ। ਵੀਰ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਸੀ? ਮਰਾਲੀ ਤੋਂ। ਮਰਾਲੀ ਤੋਂ ਜਾ ਕੇ ਸਰ ਅਸੀਂ ਹੁਣ ਸ਼੍ਰੀ ਅਨੰਦਪੁਰ ਸਾਹਿਬ। ਇਹ ਫਿਰ ਹਾਦਸਾ ਕਿਵੇਂ ਵਾਪਰ ਰਿਹਾ? ਹਾਦਸਾ ਵੀਰੇ ਅਸੀਂ ਇੱਧਰੋਂ ਆ ਰਹੇ ਸੀਗੇ, ਰੌਂਗ ਸਾਈਡ ਤੋਂ ਆਹ ਗੱਡੀ ਵਾਲਾ ਗੱਡੀ ਬੈਕ ਲਾ ਰਿਹਾ ਸੀਗਾ, ਮੈਂ ਹੋਰਨ ਮਾਰਿਆ ਨੇ ਗੱਡੀ ਰੋਕ ਲਈ ਵੀਰੇ, ਜਦੋਂ ਮੈਂ ਬਰਾਬਰ ਚੜ੍ਹਿਆ ਆ ਕੇ ਇਹਨੇ ਗੱਡੀ ਦਾ ਮੂਹਰਾ ਗੇਅਰ ਲਾਤਾ, ਪਹਿਲਾ ਗੇਅਰ, ਦੂਜਾ ਡਰਾਈਵਰ ਵੀ ਆ ਬੈਠਾ ਨਾਲ ਲੈ ਲਈ, ਨਾਲ ਲੈ ਲਾ, ਹਾਂ ਡਰਾਈਵਰ ਬੈਠਾ ਅਤੇ ਲਾ ਕੇ ਗੇਅਰ ਸਾਡੇ ਉੱਤੇ, ਫਿਰ ਟਿੱਪਰ ਪਿੱਛੋਂ ਟਿੱਪਰ ਆਉਂਦਾ ਸੀਗਾ, ਟਿੱਪਰ ਆ ਚੜ੍ਹਿਆ ਕਿਉਂਕਿ ਹਾਲਾਤੀ ਤੌਰ 'ਤੇ ਨਸ਼ਾ ਹੀ ਲੱਗਦਾ। ਬਿਲਾਸਪੁਰ ਤੋਂ ਆ ਰਿਹਾ, ਮੈਂ ਜ਼ਿੰਦਗੀ 'ਚ ਕੋਈ ਨਸ਼ਾ ਨਹੀਂ ਕੀਤਾ ਕਦੇ, ਮੈਂ ਗੱਡੀ ਇੱਥੇ ਮੋੜ ਰਿਹਾ ਸੀ, ਗਲਤੀ ਮੇਰੀ ਹੈ ਮੈਂ ਮੰਨਦਾ ਕਿਉਂਕਿ ਮੈਂ ਗਲਤ ਜਗ੍ਹਾ 'ਤੇ ਗੱਡੀ ਮੋੜ ਰਿਹਾ। ਅੱਜ ਸਵੇਰੇ ਚੰਡੀਗੜ੍ਹ ਤੋਂ ਰੋਪੜ ਮਾਰਗ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਟਿੱਪਰ ਜਿਹੜਾ ਹੈ ਡਿਵਾਈਡਰ ਦੇ ਉੱਤੇ ਚੜ੍ਹਿਆ ਹੋਇਆ ਹੈ। ਜਦੋਂ ਇਹ ਸਾਰੀ ਸਟੋਰੀ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਹਾਦਸਾ ਵਾਪਰਿਆ, ਇਹ ਟਿੱਪਰ ਜਿਹੜਾ ਪਿੱਛੋਂ ਆ ਰਿਹਾ ਸੀ ਅਤੇ ਇੱਕ ਟਿੱਪਰ ਹੋਰ ਰੌਂਗ ਸਾਈਡ ਤੋਂ ਬੈਕ ਹੋ ਰਿਹਾ ਸੀ ਅਤੇ ਉੱਧਰੋਂ ਜਿਹੜਾ ਪਰਿਵਾਰ, ਇਹ ਕਾਰ ਤੁਸੀਂ ਦੇਖ ਰਹੇ ਹੋ, ਇਨੋਵਾ ਗੱਡੀ ਦੇਖ ਰਹੇ ਹੋ, ਇਸ ਗੱਡੀ ਦੇ ਵਿੱਚ ਤਿੰਨ ਪਰਿਵਾਰ ਬੈਠੇ ਸਨ ਅਤੇ ਜਦੋਂ ਇਸ ਕਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਪਿੱਛੋਂ ਆ ਰਿਹਾ ਭਰਿਆ ਹੋਇਆ ਰੇਤੇ ਦਾ ਟਿੱਪਰ ਜਿਹੜਾ ਉਸਨੇ ਇਸ ਨੂੰ ਬਚਾਉਂਦੇ ਹੋਏ ਬਿਲਕੁਲ ਆਪਣਾ ਟਿੱਪਰ ਜਿਹੜਾ ਹੈ ਡਿਵਾਈਡਰ 'ਤੇ ਚੜਾ ਦਿੱਤਾ, ਜਿਸ ਨਾਲ ਇੱਕ ਬਹੁਤ ਵੱਡਾ ਹਾਦਸਾ ਹੁਣ ਟਲ ਗਿਆ ਅਤੇ ਬਾਕੀ ਦੀ ਜਾਣਕਾਰੀ ਸਾਡੇ ਨਾਲ ਕਾਰ ਸਵਾਰ ਜਿਹੜਾ ਬਿਲਕੁਲ ਸਾਡੇ ਸਾਹਮਣੇ ਦਿਖਾਈ ਦੇ ਰਿਹਾ, ਇਹ ਕੀ ਦੱਸਦੇ ਨੇ ਇਸ ਹਾਦਸੇ ਬਾਰੇ, ਉਹ ਸੁਣਦੇ ਹਾਂ। ਵੀਰ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਸੀ? ਮਰਾਲੀ ਤੋਂ। ਮਰਾਲੀ ਤੋਂ ਜਾ ਕੇ ਸਰ ਅਸੀਂ ਹੁਣ ਸ਼੍ਰੀ ਅਨੰਦਪੁਰ ਸਾਹਿਬ। ਇਹ ਫਿਰ ਹਾਦਸਾ ਕਿਵੇਂ ਵਾਪਰ ਰਿਹਾ? ਹਾਦਸਾ ਵੀਰੇ ਅਸੀਂ ਇੱਧਰੋਂ ਆ ਰਹੇ ਸੀਗੇ, ਰੌਂਗ ਸਾਈਡ ਤੋਂ ਆਹ ਗੱਡੀ ਵਾਲਾ ਗੱਡੀ ਬੈਕ ਲਾ ਰਿਹਾ ਸੀਗਾ, ਮੈਂ ਹੋਰਨ ਮਾਰਿਆ ਨੇ ਗੱਡੀ ਰੋਕ ਲਈ ਵੀਰੇ, ਜਦੋਂ ਮੈਂ ਬਰਾਬਰ ਚੜ੍ਹਿਆ ਆ ਕੇ ਇਹਨੇ ਗੱਡੀ ਦਾ ਮੂਹਰਾ ਗੇਅਰ ਲਾਤਾ, ਪਹਿਲਾ ਗੇਅਰ, ਦੂਜਾ ਡਰਾਈਵਰ ਵੀ ਆ ਬੈਠਾ ਨਾਲ ਲੈ ਲਈ, ਨਾਲ ਲੈ ਲਾ, ਹਾਂ ਡਰਾਈਵਰ ਬੈਠਾ ਅਤੇ ਲਾ ਕੇ ਗੇਅਰ ਸਾਡੇ ਉੱਤੇ, ਫਿਰ ਟਿੱਪਰ ਪਿੱਛੋਂ ਟਿੱਪਰ ਆਉਂਦਾ ਸੀਗਾ, ਟਿੱਪਰ ਆ ਚੜ੍ਹਿਆ ਕਿਉਂਕਿ ਹਾਲਾਤੀ ਤੌਰ 'ਤੇ ਨਸ਼ਾ ਹੀ ਲੱਗਦਾ। ਬਿਲਾਸਪੁਰ ਤੋਂ ਆ ਰਿਹਾ, ਮੈਂ ਜ਼ਿੰਦਗੀ 'ਚ ਕੋਈ ਨਸ਼ਾ ਨਹੀਂ ਕੀਤਾ ਕਦੇ, ਮੈਂ ਗੱਡੀ ਇੱਥੇ ਮੋੜ ਰਿਹਾ ਸੀ, ਗਲਤੀ ਮੇਰੀ ਹੈ ਮੈਂ ਮੰਨਦਾ ਕਿਉਂਕਿ ਮੈਂ ਗਲਤ ਜਗ੍ਹਾ 'ਤੇ ਗੱਡੀ ਮੋੜ ਰਿਹਾ। ਅੱਜ ਸਵੇਰੇ ਚੰਡੀਗੜ੍ਹ ਤੋਂ ਰੋਪੜ ਮਾਰਗ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਟਿੱਪਰ ਜਿਹੜਾ ਹੈ ਡਿਵਾਈਡਰ ਦੇ ਉੱਤੇ ਚੜ੍ਹਿਆ ਹੋਇਆ ਹੈ। ਜਦੋਂ